ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪੁੱਲ ਦਾ ਵਿਊ ਤੇ ਪੱਥਰ ਜਿਹੜਾ ਲੱਗਿਆ ਹੋਇਆ ਤੁਹਾਡੇ ਨਾਲ ਸ਼ੇਅਰ ਕਰਾਂਗੇ। ਮੈਂ ਉਮੀਦ ਕਰਾਂਗਾ ਤੁਹਾਨੂੰ ਅੱਜ ਦਾ ਮੇਰਾ ਵੀਡੀਓ ਚੰਗਾ ਲੱਗੇਗਾ ਤੇ ਅੱਜ ਦੇ ਲਈ ਸ਼ੈਤਾਨ ਵਜ ਬਿਸਮਿਲ੍ਲਾ ਰਹਿਮਾਨ ਰਹਿਮ ਅੱਲਾਹ ਤਾਲਾ ਕੀ ਰਹਿਮਤ ਕਰਮ ਫਜ਼ਲ ਉਹ ਸ਼ੁਕਰ ਕੇ ਸਾਥ ਇਹ ਦੇਖੋ ਆ ਪੱਥਰ ਲੱਗੇ ਦਾ ਤੇ ਪਾਣੀ ਵੀ ਬੜਾ ਜ਼ਿਆਦਾ ਆਏ ਦਾ ਤੇ ਉਹਦਾ ਵਿਊ ਤੇ ਥੋੜ੍ਹਾ ਜਿਹਾ ਨਜ਼ਾਰਾ ਇੱਥੋਂ ਦਾ ਸ਼ੇਅਰ ਕਰਾਂਗੇ ਤੇ ਤੁਸੀਂ ਸਾਡੀ ਵੀਡੀਓ ਲਾਸਟ ਤੱਕ ਜ਼ਰੂਰ ਦੇਖਣਾ ਤੇ ਆਪਣੇ ਰਾਜਾ ਇਸ ਹੱਥ ਕਮੈਂਟ ਸੈਕਸ਼ਨ ਦੇ ਬਾਰੇ ਜ਼ਰੂਰ ਕਰਨਾ। ਇਹ ਦੇਖੋ ਜੀ ਇੱਥੇ ਪੱਥਰ ਲੱਗੇ ਦਾ ਉੱਪਰ ਚੜਾਂਗੇ ਪਾਣੀ ਵੀ ਦੱਸਣਾ ਤੁਹਾਨੂੰ ਜਿਹੜੇ ਨਾਲ ਪਾਣੀ ਆਇਆ ਜਿਹੜਾ ਅਤੇ ਆਸ ਚਿੜੀਆਂ ਜਿਹੜੀਆਂ ਨਾ ਉੱਥੇ ਇੰਜੋਏ ਕਰ ਦੇਣੀਆਂ ਚਿੜੀਆਂ ਅਤੇ ਪਾਣੀ ਦਾ ਮੇਰੇ ਪਾਸ ਪਾਣੀ ਗਿਰਾ ਨਾ ਬੜਾ ਜ਼ਿਆਦਾ ਆਏਗਾ ਅਗਰ ਤੁਸੀਂ ਵੇਖ ਸਕਦੇ ਹੋ ਦੇ ਥੱਲੇ ਹਾਂ ਬਿਲਕੁਲ ਅਸੀਂ ਅਸੀਂ ਸਾਡਾ ਇਹਦਾ ਸ਼ਾਰਟ ਜਿਹਾ ਵੀਡੀਓ ਜਿਹੜਾ ਕਿ ਮੈਂ ਤੁਹਾਡੇ ਨਾਲ ਅੱਜ ਇਸ ਵੀਡੀਓ ਦੇ ਵਿੱਚ ਸ਼ੇਅਰ ਕੀਤਾ ਆਪਣੇ ਸ਼ੁਕਰਗੜ੍ਹ ਸ਼ਹਿਰ ਦਾ ਜਿਹੜਾ ਪੁੱਲ ਦਾ ਵਿਊਜ਼ ਅਤੇ ਇੱਥੇ ਤੁਸੀਂ ਜਿਹੜਾ ਨਾ ਫੋਟੋਗ੍ਰਾਫੀ ਕਰਨੀ ਹੋਏ ਅਤੇ ਪੱਥਰ ਜਿਹੜਾ ਨਾ ਨਵਾਂ ਹੀ ਲੱਗਿਆ ਅਤੇ ਬੜਾ ਹੀ ਮਾਹੌਲ ਆ ਖੂਬਸੂਰਤ ਆ ਅਤੇ ਲਾਗੇ ਜਿਹੜੇ ਨਾ ਪਾਣੀ ਵੀ ਹੈ ਅਤੇ ਦਰੱਖਤ ਵੀ ਹੈ ਅਤੇ ਨਾਲ ਪੈਲੀਆਂ ਸ਼ੈਲੀਆਂ ਵੀ ਹੈ ਅਤੇ ਮੈਂ ਉਮੀਦ ਕਰਾਂਗਾ ਤੁਹਾਨੂੰ ਮੇਰਾ ਅੱਜ ਦਾ ਵੀਡੀਓ ਚੰਗਾ ਦੇਖਣ ਲੱਗੇ ਅਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੇ ਦੁਆਵਾਂ 'ਚ ਯਾਦ ਰੱਖਿਓ ਅੱਲਾ ਹਾਫਿਜ਼।